ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 30 ਜੂਨ ਨੂੰ ਉੱਡੀਆਂ ਜਿਹੜੀਆਂ ਬਾਜੀਆਂ ਉਹਨਾਂ ਦੀ ਅਪਡੇਟ ਲੈ ਕੇ ਆਇਆ ਜੀ ਵੀਡੀਓ ਨੇੜ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀ ਇਹਨਾਂ ਅਪਡੇਟ ਸੈਂਡ ਕਰਨੀਆਂ ਹੈਟ ਆਪਣਾ ਨੰਬਰ ਚੱਲੀ ਜਾਂਦਾ ਅਤੇ WhatsApp ਵੀ ਕਰ ਸਕਦੇ ਆ ਕਾਲ ਵੀ ਕਰ ਸਕਦੇ ਆ ਹਾਂਜੀ 30 ਜੂਨ 2024 ਪੈਂਡ ਆ ਗਏ ਦਾਦੂ ਸਰਸਾ 1700 ਮੁੱਢ ਨੂੰ 20 ਉੱਡੇ ਸੀਗੇ ਜੀ 535 ਤੇ ਬਾਜੀ ਨਿਬੜੀ ਦੋਹਾਂ ਚ ਹੋ ਗਈ ਸੀ ਵੀ ਸਾਂਜੀ ਕਰਮਪੜ੍ਹ ਆਰਾਮਸਰਾ ਸਾਂਜੀ ਤੇ ਸਖਜੀਤ ਫੌਜੀ ਲਹਿਰੀ ਜੀ ਸਾਂਜੀ 535 ਤੇ ਬਾਜ ਨਿਬੜ ਗਈ ਸੀ ਇਹਨਾਂ ਦੋਨਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਜੀ 1700 ਮਡ ਸੀਗਾ 20 ਟੋਟਲ ਕਬੂਤਰ ਸੇ ਇੱਥੇ ਜੀ ਫਿਰ ਆ ਗਿਆ ਜੀ ਪਿੰਡ ਮੂਸੇ ਅਲੀ ਫਤਿਹਾਬਾਦ 30 ਜੂਨ 2024 ਇੱਥੇ ਉੱਡੇ ਸੀਗੇ ਜੀ 25 ਟੋਟਲ 25 ਕਬੂਤਰ ਉੱਡੇ ਸੀਗੇ 1700 ਮੱਢ ਨੂੰ 7 ਵਜੇ ਬਾਜੀ ਨਿਬੜੀ ਜੀ ਕਾਲਾ ਭਾਵੇ ਦਾ ਜੀ ਕੱਲਾ ਕਬੂਤਰ ਰਹਿ ਗਿਆ ਸੀਗਾ ਫਿਰ ਆ ਗਿਆ ਜੀ ਪੰਡ ਟਾਡੀਆਂ ਮਾਨਸਾ ਜੀ 1700 ਮੱਢ ਸੀਗੇ ਜੀ ਇੱਥੇ 25 ਉੱਡੇ ਸੀ 6 ਵਜੇ ਬਾਜੀ ਨਿਬੜੀ ਪੰਜਾਂ ਚ ਹੋ ਗਈ ਸੀਗੀ ਸਾਂਝੀ ਜੀ ਅਰਸ਼ ਕੁੰਬਰਾ ਸਾਂਝੀ ਪੜਾ ਸਵਾਦਾ ਸੀਰਾ ਭਲਾਈ ਸਾਂਝੀ ਜਕਸੀਰ ਛਨੀਰ ਸਾਂਝੀ ਜੀ ਤੇ ਗੱਗੀ ਬੁਰਜ ਸਾਂਝੀ ਤੇ ਗਰਜੀਤ ਭਲਾਈ ਸਾਂਝੀ ਜੀ ਇਹਨਾਂ ਪੰਜਾਂ ਕਬੂਤਰਾਂ ਦੀ ਬਾੜੀ ਸਾਂਝੀ ਹੋ ਗਈ ਸੀ ਫਿਰ ਆ ਗਿਆ ਜੀ 29 ਦੇ 30 ਜੂਨ ਪਿੰਡ ਮੁੱਲਾਪੁਰ ਲੁਧਿਆਣਾ 29 ਤਰੀਕ ਨੂੰ 2200 ਮਾਡਲ ਨੂੰ 68 ਟੋਡੇ ਸੀਗੇ ਜੀ ਉਹਨਾਂ ਕਬੂਤਰਾਂ ਇਹ ਦੂਸਰ ਪੈਗ ਜੀ 7 ਦਾ ਟਾਈਮ ਚ ਕੀਤਾ ਉਹਨਾਂ ਕਬੂਤਰਾਂ ਨੇ 2:57 ਮਿੰਟ ਦੂਸਰ ਨਿਬੜੀ ਜੀ ਸੋਨੀ ਮੜਿਆਣੀ ਦਾ ਕੱਲਾ ਕਬੂਤਰ ਜਿੱਤਿਆ ਜੀ ਜੋ ਦੇ ਸਵਾਲ ਨੇ ਸਾਂਭਿਆ ਸੀਗਾ ਇਹ ਕਬੂਤਰ ਸਵੇਰ ਫੜਿਆ ਜੀਗਾ ਜੀ ਸਵੇਰ ਫੜ ਕੇ ਤੇ ਸਵੇਰ ਹੀ ਛੱਡਤਾ 257 ਦੇ ਕੱਲਾ ਜਿੱਤ ਗਿਆ ਜੀ ਇਹ ਜੋ ਦੇ ਸਵਾਲ ਨੇ ਸਾਂਭਿਆ ਸੋਨੀ ਮੜਿਆਣੀ ਦਾ ਕਬੂਤਰ ਸੀਗਾ ਜੀ ਇਹ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ